ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ। ਪੁਰਤਗਾਲ ਦੇ ਸਪਾਠੀ ਸਿੰਘ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਸਪਾਠੀ ਸਿੰਘ ਦੇ ਨਾਲ ਪੁਰਤਗਾਲ ਦੇ ਵਿੱਚ ਗੁਰਦੁਆਰੇ ਦੇ ਪ੍ਰਧਾਨ ਦੇ ਵੱਲੋਂ ਬਹੁਤ ਜ਼ਿਆਦਾ ਧੱਕਾ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਗੁਰਦੁਆਰੇ ਦਾ ਜਿਹੜਾ ਪ੍ਰਧਾਨ ਹੈ, ਉੱਥੇ ਉਸਦਾ ਅੰਮ੍ਰਿਤ ਵੀ ਨਹੀਂ ਛਕਿਆ ਹੋਇਆ ਅਤੇ ਉਹ ਬੀੜੀ, ਸਿਗਰਟ, ਸ਼ਰਾਬ ਆਦਿ ਦਾ ਨਸ਼ਾ ਵੀ ਕਰਦਾ ਹੈ। ਇਸ ਵੀਡੀਓ ਦੇ ਵਿੱਚ ਪਾਠੀ ਸਿੰਘ ਨੇ ਹਰ ਇੱਕ ਗੱਲ ਨੂੰ ਬਿਆਨ ਕੀਤਾ ਹੈ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਗੁਰੂ ਘਰਾਂ ਦੇ ਵਿੱਚ ਵੀ ਅਜਿਹੇ ਲੋਕ ਆ ਕੇ ਬੈਠੇ ਨੇ ਜਿਹੜੇ ਸਿਰਫ ਗੁਰੂ ਘਰ ਨੂੰ ਖਾਣ 'ਤੇ ਲੱਗੇ ਹੋਏ ਨੇ, ਲੁੱਟਣ 'ਤੇ ਲੱਗੇ ਹੋਏ ਨੇ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਪਾਠੀ ਸਿੰਘ ਦਾ ਕਹਿਣਾ ਹੈ ਕਿ ਉਸ ਪ੍ਰਧਾਨ ਦੇ ਵੱਲੋਂ ਅਕਾਲ ਤਖਤ ਸਾਹਿਬ ਨੂੰ ਵੀ ਲਲਕਾਰਿਆ ਗਿਆ ਹੈ। ਜਦੋਂ ਇਸ ਪਾਠੀ ਸਿੰਘ ਦੇ ਵੱਲੋਂ ਉਸਨੂੰ ਕਿਹਾ ਗਿਆ ਕਿ ਮੈਂ ਅਕਾਲ ਤਖਤ ਸਾਹਿਬ ਨੂੰ ਚਿੱਠੀ ਪਾਵਾਂਗਾ ਅਤੇ ਤੁਹਾਡੀ ਕਰਤੂਤ ਦੇ ਬਾਰੇ ਦੱਸਾਂਗਾ, ਤਾਂ ਉਸ ਗੁਰਦੁਆਰੇ ਦੇ ਪ੍ਰਧਾਨ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਮੈਂ ਅਜਿਹੇ ਬਹੁਤ ਅਕਾਲ ਤਖਤ ਦੇਖੇ ਹਨ। ਦੋਸਤੋ, ਇਸ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਇਸ ਪਾਠੀ ਸਿੰਘ ਨੂੰ ਇਨਸਾਫ ਮਿਲ ਸਕੇ। ਪੁਰਤਗਾਲ ਦੇ ਵਿੱਚ ਇਸ ਪਾਠੀ ਸਿੰਘ ਨੇ ਇਹ ਵੀਡੀਓ ਸ਼ੇਅਰ ਕੀਤਾ ਹੈ ਅਤੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕੀਤਾ ਜਾਵੇ ਤਾਂ ਕਿ ਮੇਰੇ ਨਾਲ ਇਨਸਾਫ ਹੋ ਸਕੇ। ਹੋਰ ਕੀ ਖੁਲਾਸੇ ਕੀਤੇ ਪੁਰਤਗਾਲ ਦੇ ਇਸ ਪਾਠੀ ਸਿੰਘ ਦੇ ਵੱਲੋਂ, ਤੁਹਾਨੂੰ ਦਿਖਾਉਂਦੇ ਹਾਂ ਪੂਰਾ ਵੀਡੀਓ। ਤੁਸੀਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਪੰਜਾਬ ਅਤੇ ਦੇਸ਼ ਦੁਨੀਆ ਦੀ ਖਬਰ ਨੂੰ ਦੇਖਣ ਦੇ ਲਈ। ਤਾਂ ਦੋਸਤੋ, ਇਸ ਵੀਡੀਓ ਨੂੰ ਜ਼ਰੂਰ ਤੁਸੀਂ ਸ਼ੇਅਰ ਕਰਨਾ ਹੈ ਔਰ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਰੱਖਣੇ ਨੇ ਇਸ ਵੀਡੀਓ ਨੂੰ ਲੈ ਕੇ। ਜਿੱਥੇ ਆਪ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ, ਇਹ ਦੇਸ਼ ਰੰਗ ਦੇ ਵਿੱਚ ਪ੍ਰਕਾਸ਼ ਹੈ। ਮਹਾਰਾਜ ਅਣਜਾਣ ਸੰਗਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਿਰ ਦੇ ਉੱਪਰ ਘੁੰਮ ਰਹੀਆਂ ਹਨ, ਉੱਪਰ ਛੱਤ ਦੇ ਉੱਪਰ ਸਭ ਸੰਗਤਾਂ ਘੁੰਮ ਰਹੀਆਂ ਹਨ। ਸਤਿਗੁਰੂ ਆਪ ਜੀ ਦੇ ਚਰਨਾਂ ਵਿੱਚ ਸਿੰਘ ਸਾਹਿਬਾਨ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਢੋਲ ਜੰਦੀ ਹੈ, ਉੱਥੇ ਨਾਲ ਸਤਿਗੁਰੂ ਗੁਰੂ ਘਰ ਦੇ ਜੋ ਪ੍ਰਧਾਨ ਸਰਦਾਰ ਸਤਨਾਮ ਸਿੰਘ ਹਨ, ਸਤਿਗੁਰੂ ਸਾਹਿਬ ਉਹ ਅੰਮ੍ਰਿਤ ਪਾਨ ਵੀ ਕੀਤਾ ਹੋਇਆ। ਸਤਿਗੁਰੂ ਉਹਨਾਂ ਨੇ ਇੱਕ ਅੰਮ੍ਰਿਤਧਾਰੀ ਨਹੀਂ ਹਨ, ਇੱਕ ਸਤਿਗੁਰੂ ਸਾਹਿਬ ਉਹ ਬੀੜੀਆਂ, ਸਿਗਰਟਾਂ, ਤੰਬਾਕੂ ਤੇ ਸ਼ਰਾਬ ਦਾ ਸੇਵਨ ਕਰਨ ਵਾਲੇ ਗੁਰੂ ਘਰ ਦੇ ਪ੍ਰਧਾਨ ਹਨ। ਸਤਿਗੁਰੂ ਸਾਹਿਬ ਆਪ ਜੀ ਦੇ ਸਿੱਖ ਸੇਵਕ ਨੇ ਕਿਹਾ ਸੀ ਕਿ ਮੈਂ ਦਰਬਾਰ ਸਾਹਿਬ ਅਕਾਲ ਤਖਤ ਧਾਰੀ ਚਿੱਠੀ ਪਾਵਾਂਗਾ ਤੇ ਅੱਗੋਂ ਜਵਾਬ ਆਇਆ ਸੀ ਸਤਨਾਮ ਸਿੰਘ ਵੱਲੋਂ, ਮੈਂ ਕਈ ਅਕਾਲ ਤਖਤ ਦੇਖੇ ਹਨ। ਹੇ ਮਹਾਰਾਜ, ਤੇਰੇ ਅਕਾਲ ਤਖਤ ਨੂੰ ਅੱਜ ਤੱਕ ਕੋਈ ਚੈਲੰਜ ਨਹੀਂ ਕਰ ਸਕਿਆ, ਪਰ ਇਹ ਸਤਨਾਮ ਸਿੰਘ ਪ੍ਰਧਾਨ ਸੋਹਣੀ ਨੇ ਅਕਾਲ ਤਖਤ ਨੂੰ ਚੈਲੰਜ ਕੀਤਾ ਹੈ। ਤੇਰੇ ਗੁਰੂ ਘਰ ਦੇ ਅਧੀਨ ਸੇਵਾ ਨਾਲ ਪੁੱਤਰ ਨੂੰ ਗਾਲਾਂ ਕੱਢੀਆਂ ਹਨ, ਤੇਰੇ ਸਿੱਖ ਨੂੰ ਸੰਗਤ ਤੋਂ ਕੱਢਣ ਦੀ ਧਮਕੀ ਦਿੱਤੀ ਹੈ, ਪਾਤਸ਼ਾਹ ਤੇ ਉਹਨਾਂ ਦੀ ਧਰਮ ਪਤਨੀ ਵੱਲੋਂ ਤੇਰੇ ਸੇਵਕ ਦਾਸ ਦੀ ਪੱਗ ਲਾਉਣ ਦੀ ਧਮਕੀ ਦਿੱਤੀ ਗਈ ਹੈ ਕਿ ਅਸੀਂ ਗ੍ਰੰਥੀ ਸਿੰਘ ਦੀ ਪੱਗ ਕਰਾ ਦੇਈਏ। ਗੁਰੂ ਗ੍ਰੰਥ ਸਾਹਿਬ ਮਹਾਰਾਜ, ਤੇਰੀ ਇਹ ਮੇਰੀ ਪੱਗ ਨਹੀਂ ਹੈ, ਇਹ ਬਾਬਾ ਬੁੱਢਾ ਸਾਹਿਬ ਦੀ ਪੱਗ ਹੈ, ਇਹ ਕੌਮ ਦੀ ਪੱਗ ਹੈ। ਅਸੀਂ ਦੱਸੋ ਕਿੱਥੇ ਆਪਣਾ ਗੁੱਟ ਖੋਲੀਏ, ਕਿਉਂ ਸਾਡੇ ਸਿਰ ਤੇ ਇਹ ਮਸਾਗ ਰਖਾਏ ਹਨ ਜਿਨ੍ਹਾਂ ਨੂੰ ਬਾਣੀ ਦਾ ਕੋਈ ਗਿਆਨ ਨਹੀਂ, ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤੇ। ਸਤਿਗੁਰੂ, ਸਾਡਾ ਕੀ ਦੋਸ਼ ਹੈ? ਸਾਡਾ ਇਹ ਦੋਸ਼ ਹੈ ਕਿ ਗੁਰੂ ਘਰ ਵਿੱਚੋਂ ਸਮਾਨ ਲੈ ਕੇ ਨਾ ਜਾਓ, ਗੁਰੂ ਘਰ ਦਾ ਸਮਾਨ ਆਪਣੀਆਂ ਦੁਕਾਨਾਂ ਦੇ ਨਾਂ ਵਿੱਚੋਂ, ਇਹ ਦੋਸ਼ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇਰੇ ਵੀਰ ਦਾ ਫਰਜ਼ ਕਰ ਰਹੇ ਅਨੁਸਾਰ ਸੋਸ਼ਲ ਮੀਡੀਆ ਰਾਹੀਂ ਮੈਂ ਅਰਦਾਸ ਕਰਦਾ ਵਾਂ ਕਿ ਇਹ ਅੱਜ ਦੀ ਵੀਡੀਓ, ਅੱਜ ਦੀ ਮੇਰੀ ਅਰਦਾਸ ਸਤਿਗੁਰੂ ਸਿੱਧ ਸਹਿਮਾਨ ਗਿਆਨੀ ਰਣਜੀਤ ਸਿੰਘ ਤੱਕ ਪਹੁੰਚਦੀ ਹੋਵੇ ਤੇ ਮੈਨੂੰ ਇਨਸਾਫ਼ ਦਿੱਤਾ ਜਾਵੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ।